ਹੁਣ ਤੂੰ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ, ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ, ਅਸੀਂ ਕਹਿੰਦੇ ਅਸੀਂ ਹੋਰ ਕਿਸੇ 'ਚ ਰਲ ਹੀ ਨਹੀਂ ਸਕਦੇ। ਸਾਨੂੰ ਆਮ ਆਦਮੀ ਪਾਰਟੀ ਨੇ ਵੀ ਔਫਰ ਦਿੱਤੀ ਪਿਛਲੀਆਂ ਚੋਣਾਂ 'ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸੀਟ ਟਿਕਟਾਂ ਦੇ ਦਿੰਦੇ ਹਾਂ ਵੀ ਸਾਡੇ ਚੋਣ ਨਿਸ਼ਾਨ 'ਤੇ ਲੜੋ, ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਹਾਂ। ਅਸੀਂ ਕਿਹਾ ਨਹੀਂ, ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜ ਗਏ, ਅਸੀਂ ਇੱਕ ਸਿਧਾਂਤਕ ਤੌਰ 'ਤੇ ਅਕਾਲੀ ਹਾਂ, ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ, ਕਿਸੇ ਹੋਰ ਪਾਰਟੀ 'ਚ ਸਾਡਾ ਮਤਲਬ ਵੀ ਨਹੀਂ, ਸਾਡੀ ਆਪਦੀ ਪਾਰਟੀ 'ਚ ਨਾਰਾਜ਼ਗੀਆਂ ਠੀਕ ਹੈ, ਅਸੀਂ ਤਾਂ ਅੱਡਾ, ਪਰ ਇਸ ਕਰਕੇ ਅੱਜ ਅਸੀਂ ਸ਼ਾਮਿਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਹੈ, ਕਿਉਂਕਿ ਅਸੀਂ ਹੋਰ ਪਾਸੇ ਸੋਚ ਹੀ ਨਹੀਂ ਸਕਦੇ। ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਉਹ ਜਦ ਇਹੋ ਜਿਹੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ, ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ 'ਤੇ ਆ ਕੇ ਜਵਾਬ ਦੇ ਦਿੰਦੇ। ਹੁਣ ਤੋਂ ਮੈਂ ਤੁਹਾਨੂੰ ਸਾਡੀ ਪਾਰਟੀ ਦੀ ਗੱਲ ਕਰਦਾ, ਸਾਨੂੰ ਹੋਰ ਬਥੇਰੀਆਂ ਪਾਰਟੀਆਂ ਨੇ ਕਿਹਾ ਵੀ ਸਾਡੇ ਵਿੱਚ ਆਓ, ਅਸੀਂ ਕਹਿੰਦੇ ਅਸੀਂ ਹੋਰ ਕਿਸੇ 'ਚ ਰਲ ਹੀ ਨਹੀਂ ਸਕਦੇ। ਸਾਨੂੰ ਆਮ ਆਦਮੀ ਪਾਰਟੀ ਨੇ ਵੀ ਔਫਰ ਦਿੱਤੀ ਪਿਛਲੀਆਂ ਚੋਣਾਂ 'ਚ ਵੀ ਤੁਸੀਂ ਤੁਹਾਨੂੰ ਇੰਨੀਆਂ ਸੀਟ ਟਿਕਟਾਂ ਦੇ ਦਿੰਦੇ ਹਾਂ ਵੀ ਸਾਡੇ ਚੋਣ ਨਿਸ਼ਾਨ 'ਤੇ ਲੜੋ, ਵੀ 3-4 ਸੀਟਾਂ 5 ਸੀਟਾਂ ਤੁਹਾਨੂੰ ਦੇ ਦਿੰਦੇ ਹਾਂ। ਅਸੀਂ ਕਿਹਾ ਨਹੀਂ, ਅਸੀਂ ਨਿਸ਼ਾਨ ਤਾਂ ਫਿਰ ਅਸੀਂ ਤੁਹਾਡੇ ਵਿੱਚ ਲੜ ਗਏ, ਅਸੀਂ ਇੱਕ ਸਿਧਾਂਤਕ ਤੌਰ 'ਤੇ ਅਕਾਲੀ ਹਾਂ, ਅਸੀਂ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ, ਕਿਸੇ ਹੋਰ ਪਾਰਟੀ 'ਚ ਸਾਡਾ ਮਤਲਬ ਵੀ ਨਹੀਂ, ਸਾਡੀ ਆਪਦੀ ਪਾਰਟੀ 'ਚ ਨਾਰਾਜ਼ਗੀਆਂ ਠੀਕ ਹੈ, ਅਸੀਂ ਤਾਂ ਅੱਡ ਹੈ, ਪਰ ਇਸ ਕਰਕੇ ਅੱਜ ਅਸੀਂ ਸ਼ਾਮਿਲ ਹੋਏ ਤਾਂ ਵੀ ਆਪਦੀ ਅਕਾਲੀ ਦਲ ਦੇ ਵਿੱਚ ਹੈ, ਕਿਉਂਕਿ ਅਸੀਂ ਹੋਰ ਪਾਸੇ ਸੋਚ ਹੀ ਨਹੀਂ ਸਕਦੇ। ਪਰ ਜਿਹੜੇ ਲੋਕ ਜਿਨ੍ਹਾਂ ਨੂੰ ਕੋਈ ਇਹ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਉਹ ਜਦ ਇਹੋ ਜਿਹੇ ਰੋਜ਼ ਪਾਰਟੀਆਂ ਬਦਲਦੇ ਆ ਤਾਂ ਲੋਕ ਉਸ ਨੂੰ ਪਸੰਦ ਨਹੀਂ ਕਰਦੇ, ਲੋਕ ਉਹਨਾਂ ਨੂੰ ਚਾਹੇ ਚੁੱਪ ਨੇ ਪਰ ਉਹਨਾਂ ਦਾ ਮੌਕੇ 'ਤੇ ਆ ਕੇ ਜਵਾਬ ਦੇਣਗੇ।